ਤੁਹਾਡਾ ਨਾਮ? ਦਵਿੰਦਰਪਾਲ ਸਿੰਘ, ਪ੍ਰਧਾਨ ਤਹਿਸੀਲ ਨਗੋਦਰ। ਪਰਿਵਾਰ ਯੂਨੀਅਨ ਦੇ ਆਦੇਸ਼ ਮੁਤਾਬਕ ਸਾਡੀ ਦੋ ਦਿਨ ਹੜਤਾਲ ਚੱਲਦੀ ਆ, ਵੀਰਵਾਰ ਤੇ ਸ਼ੁੱਕਰਵਾਰ। ਅਸੀਂ ਵਾਧੂ ਸਰਕਲਾਂ ਦਾ ਕੰਮ ਜਿਹੜਾ ਆ ਕੱਟ ਨੂੰ ਛੱਡਿਆ ਹੋਇਆ। ਸਾਡੇ ਨਗੋਦਰ 66 ਸਰਕਲ ਹਨ, ਜਿਨ੍ਹਾਂ ਵਿੱਚੋਂ 13 ਬੰਦੇ ਇੱਥੇ ਕੰਮ ਕਰਦੇ ਹਨ। ਪਟਵਾਰੀਆਂ ਦੀ ਘਾਟ ਹੋਣ ਕਰਕੇ ਸਾਡੀਆਂ ਹੋਰ ਵੀ ਕਾਫੀ ਮੰਗਾਂ ਹਨ, ਇਸ ਕਰਕੇ ਹੜਤਾਲ ਸਾਡੀ ਚੱਲਦੀ ਹੈਗੀ। ਬਾਕੀ ਕੰਟੀਨਿਊ ਕੰਮ ਅਸੀਂ ਕਰ ਰਹੇ ਹਾਂ ਲਗਾਤਾਰ, ਜਿਹੜਾ ਸਿਰਫ ਧਰਨਾ ਹੀ ਰੱਖਿਆ ਹੈ। ਵੀ ਸ਼ੁਕਰਵਾਰ ਕੀ ਮੰਗਾਂ ਕੀ ਆ ਤੁਹਾਡੀਆਂ ਮੇਨ? ਮੰਗਾਂ ਸਾਡੀਆਂ, ਸਾਡੇ ਜਿੱਦਾਂ ਸਰਕਲ ਹੈਗੀ ਆ 66 ਇੱਥੇ ਨਗੋਦਰ ਵਿੱਚ, ਇਹਦੇ ਵਿੱਚ 13 ਕੰਮ ਕਰਦੇ ਆ। ਟੋਲੀ ਪੰਜਾਬ ਵਿੱਚ 4710 ਸਰਕਲ ਹੈਗੇ ਆ, ਇਹਦੇ ਵਿੱਚ 1900 ਸਰਕਲ ਦੇ ਵਿੱਚ ਪਟਵਾਰੀ ਹੈਗਾ ਆ, ਵਾਧੂ ਸਰਕਲ ਬਾਕੀ ਸਾਰਾ ਪਿਆ ਹੈਗਾ। ਅਤੇ ਹੁਣ ਜਿਹੜਾ ਹੈਗਾ ਤੁਹਾਡਾ ਜਿਹੜਾ ਇਹ ਧਰਨਾ ਲਗਾਇਆ ਜਾ ਰਿਹਾ ਹੈਗਾ, ਕਦੋਂ ਤੱਕ ਚੱਲੇਗਾ ਇਹ? ਸਾਡਾ ਧਰਨਾ ਇਹ ਪੰਜਾਬ ਪਾਰਟੀ ਦਾ ਜੋ ਆਦੇਸ਼ ਆਊਗਾ, ਹਜੇ ਸਾਨੂੰ ਆਦੇਸ਼ ਨੀਗਾ, ਲਗਾਤਾਰ ਹੈਗਾ ਧਰਨਾ। ਜਿਹੜਾ ਜਦ ਪੰਜਾਬ ਪਾਰਟੀ ਦਾ ਆਦੇਸ਼ ਆਊਗਾ ਉਸ ਹਿਸਾਬ ਨਾਲ ਧਰਨਾ। ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਗਲਾ ਸੰਘਰਸ਼ ਕੀ ਹੋਵੇਗਾ? ਜੋ ਪੰਜਾਬ ਪਾਰਟੀ ਦਾ ਆਦੇਸ਼ ਆਊਗਾ ਅਸੀਂ ਉਸ ਹਿਸਾਬ ਨਾਲ ਲਿਖਿਆ ਜਾਊਗਾ ਸੰਘਰਸ਼, ਜੋ ਅਸੀਂ ਸੰਘਰਸ਼ ਲਿਖੂਗੀ ਪੰਜਾਬ ਪਾਰਟੀ ਉਸ ਹਿਸਾਬ ਨਾਲ ਦਿੱਤਾ ਜਾਊਗਾ। ਠੀਕ, ਤੁਹਾਡਾ ਨਾਮ? ਮੇਰਾ ਨਾਮ ਜਤਿੰਦਰ ਕੁਮਾਰ ਪੰਨਾਰ, ਵਾਈਸ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ ਜਲੰਧਰ। ਸਰ, ਅੱਜ ਜਿਹੜਾ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਆ ਪੰਜਾਬ ਸਰਕਾਰ ਦੇ ਖਿਲਾਫ, ਕੀ ਕਾਰਨ ਹੋਇਆ? ਕਾਰਨ ਇਹ ਹੋਇਆ ਕਿ ਸਾਡੇ ਜਿਹੜੇ ਹੈ ਨਾ ਪਟਵਾਰੀ ਸਾਥੀ, ਬਹੁਤ ਜਿਹੜੇ ਘੱਟ ਉਹਨਾਂ ਦੀ ਗਿਣਤੀ ਰਹਿ ਗਈ, ਉਹ ਜਿਹੜੇ ਕਾਨੂੰਗੋ ਆ ਉਹਨਾਂ ਦੀ ਵੀ ਗਿਣਤੀ ਘੱਟ ਗਈ ਆ। ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਹਾਂ ਵਾਰ ਵਾਰ ਕਿ ਜਿਹੜੇ ਤੁਸੀਂ ਭਰਤੀ ਜਿਹੜੇ ਹੈਗੇ ਕਰੋ, ਇੱਕ ਤਾਂ ਭਰਤੀ ਕਰਨ ਨਾਲ ਜਿਹੜੇ ਨਵੇਂ ਬੱਚੇ ਆ ਉਹਨਾਂ ਨੂੰ ਨੌਕਰੀ ਮਿਲਦੀ ਆ, ਹੋਰ ਰੁਜ਼ਗਾਰ ਮਿਲਦਾ। ਕਿਉਂਕਿ ਕੈਪਟਨ ਸਾਹਿਬ ਦਾ ਜਦੋਂ ਸਰਕਾਰ ਬਣਾਈ ਸੀ ਇਹੀ ਵਾਅਦਾ ਸੀ ਕਿ ਘਰ ਘਰ ਅਸੀਂ ਨੌਕਰੀ ਦੇਵਾਂਗੇ। ਇਸੇ ਕਰਕੇ ਅਸੀਂ ਕਹਿੰਦੇ ਵੀ ਜੇ ਹੁਣ ਉਹ ਨਵੇਂ ਬੱਚਿਆਂ ਨੂੰ ਇਹ ਭਰਤੀ ਕਰ ਲੈਂਦੇ ਆ ਤਾਂ ਉਹਨਾਂ ਨੂੰ ਰੁਜ਼ਗਾਰ ਮਿਲ ਜੂਗਾ, ਕਿਉਂਕਿ ਬੇਰੁਜ਼ਗਾਰ ਬੱਚੇ ਬਹੁਤ ਪੜ੍ਹੇ ਲਿਖੇ ਘੁੰਮ ਫਿਰ ਰਹੇ ਆ। ਇਸ ਕਰਕੇ ਅਸੀਂ ਇਹੀ ਤਦ ਫਿਰ ਧਰਨਾ ਲਾਇਆ, ਪਹਿਲਾਂ ਅਸੀਂ ਇਹਨਾਂ ਨਾਲ ਮੰਗ ਉੱਦਾਂ ਰੱਖੀ ਸੀ, ਇਹਨਾਂ ਨੂੰ ਟਾਈਮ ਦਿੱਤਾ ਸੀ ਕਿ 15 ਦਿਨ ਦਾ, ਫਿਰ ਇਹਨਾਂ ਨੇ ਸਾਡੇ ਕੋਲ 15 ਦਿਨ ਦਾ ਫਿਰ ਟਾਈਮ ਲੈ ਲਿਆ, ਉਸ ਤੋਂ ਬਾਅਦ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਕਰਕੇ ਫਿਰ ਸਾਨੂੰ ਮਜਬੂਰਨ ਜਿਹੜਾ ਹੈਗਾ ਆ ਧਰਨਾ ਲਾਉਣਾ ਪਿਆ। ਅਸੀਂ ਵੈਸੇ ਜਿਹੜਾ ਸਾਡਾ ਅਸਲ ਸਰਕਲ ਆ ਉਹਦਾ ਅਸੀਂ ਕੰਮ ਕਰਦੇ ਹਾਂ, ਅਸੀਂ ਵੈਸੇ ਸਟਰਾਈਕ 'ਤੇ ਨਹੀਂ ਹੈਗੇ, ਅਸੀਂ ਜਿਹੜਾ ਅਸਲ ਸਰਕਲ ਆ ਉਹਦਾ ਕੰਮ ਕਰਦੇ ਹਾਂ। ਕਿਉਂਕਿ ਸਰਕਾਰ ਵੀ ਇਹੀ ਕਹਿੰਦੀ ਆ ਵੀ ਜਿਹੜਾ ਕੰਮ ਅਸਲ ਆ ਉਹ ਕਰੋ, ਠੀਕ ਹੈ ਨਾ। ਅਤੇ ਜਿਹੜਾ ਆਪਣੇ ਐਡੀਸ਼ਨਲ ਸਰਕਲ ਆ ਉਹਨਾਂ ਦਾ ਨਾ ਤਾਂ ਸਾਨੂੰ ਕੋਈ ਭੱਤਾ ਦਿੰਦੀ ਹੈ ਔਰ ਨਾ ਸਾਨੂੰ ਕੋਈ ਵਾਧੂ ਤਨਖਾਹ ਮਿਲਦੀ ਆ, ਇਸ ਕਰਕੇ ਫਿਰ ਅਸੀਂ ਵਾਧੂ ਸਰਕਲਾਂ ਦਾ ਕੰਮ ਛੱਡਤਾ, ਅਸੀਂ ਆਪਣਾ ਜਿਹੜਾ ਸਰਕਲ ਆ ਉਹਦਾ ਕੰਮ ਕਰਦੇ ਹਾਂ ਔਰ ਤਹਿਸੀਲ 'ਚ ਅਸੀਂ ਹਾਜ਼ਰ ਹੁੰਦੇ ਹਾਂ, 9 ਤੋਂ 5 ਅਸੀਂ ਡਿਊਟੀ ਦੇ ਰਹੇ ਹਾਂ। ਅਤੇ ਸਰ, ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਅਗਲਾ ਸੰਘਰਸ਼ ਕੀ ਹੋਵੇਗਾ? ਇਸ ਤਰ੍ਹਾਂ ਹੈਗਾ ਕਿ 29 ਤਰੀਕ ਅੱਜ ਹੈਗੀ ਹੈ ਕਿ ਅੱਜ ਸਾਡੇ ਯੂਨੀਅਨ ਦੇ ਪ੍ਰਧਾਨ ਸਾਹਿਬ, ਰੈਵਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਅਤੇ ਕਾਨੂੰਗੋ ਐਸੋਸੀਏਸ਼ਨ ਦੇ ਪ੍ਰਧਾਨ ਜੀ ਨੂੰ ਚੰਡੀਗੜ੍ਹ ਇਹਦਾ ਪ੍ਰਸ਼ਾਸਨ ਨੇ ਸੱਦਿਆ ਆ। ਅੱਜ ਉਹਨਾਂ ਦੇ ਨਾਲ 3 ਵਜੇ ਉਹਨਾਂ ਦੀ ਮੀਟਿੰਗ ਆ, ਉਸ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਸੰਦੇਸ਼ ਆਊਗਾ ਸਾਡੇ ਪੰਜਾਬ ਪ੍ਰਧਾਨ ਦੇ ਕਾਨੂੰਗੋ ਐਸੋਸੀਏਸ਼ਨ ਵੱਲੋਂ ਜਾਂ ਰੈਵਨਿਊ ਪਟਵਾਰ ਯੂਨੀਅਨ ਜਿਹੜੇ ਪ੍ਰਧਾਨ ਦਾ ਆਊਗਾ, ਉਸ ਦੇ ਮੁਤਾਬਕ ਅਸੀਂ ਫਿਰ ਅਗਲਾ ਸੰਘਰਸ਼ ਜਿਹੜਾ ਤੁਹਾਨੂੰ ਦੱਸਾਂਗੇ। ਠੀਕ ਹੈ ਸਰ।